की होगा जेकर असी फोन नूं डायरेक्ट प्लग तो चार्ज करिए। क्यों इस आदमी ने 40 साल तक एक ही तरह के कपड़े पाए रखे, कारण जान के तुसी हैरान रह जाओगे। एक अजिहा शो जिस दे विच एक्टिंग दे नाम ते सच्ची ही लोगों नूं मार दिता जाता है। स्क्रू ड्राइवर दे विच ए पीला हिस्सा क्यों होंदा है, अजिही रोचक तत जानने लई जुड़े रहो मेरे नाल। मैं तुहाडा होस्ट जसप्रीत सिंह, तुसी देख रहे हो जोर टीवी। ਇਹ ਇੱਕ ਫੈਕਟ ਹੈ ਕਿ ਅੱਜ ਦੇ ਸਮੇਂ ਦੇ ਵਿੱਚ 91% ਲੋਕ ਆਪਣੇ ਉਸ ਬੈਸਟ ਫਰੈਂਡ ਦੇ ਨਾਲ ਨਹੀਂ ਹਨ ਜਿਸ ਨੂੰ ਕਿਸੇ ਸਮੇਂ ਉਹ ਆਪਣਾ ਬੈਸਟ ਫਰੈਂਡ ਮੰਨਦੇ ਸਨ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਜਾਂਦਾ ਹੈ। ਜੇਕਰ ਤੁਹਾਨੂੰ ਇੰਜੈਕਸ਼ਨ ਲਗਾਉਣ ਤੋਂ ਡਰ ਲੱਗਦਾ ਹੈ ਤਾਂ ਤੁਹਾਨੂੰ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਇੱਕ ਵਾਰ ਖੰਘਣਾ ਜ਼ਰੂਰ ਚਾਹੀਦਾ ਹੈ ਤੇ ਇੰਜੈਕਸ਼ਨ ਲਗਾਉਂਦੇ ਸਮੇਂ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਖੰਘਣਾ ਚਾਹੀਦਾ ਹੈ, ਪਰ ਹੌਲੀ ਜਿਹੇ। ਤੇ ਇੰਜੈਕਸ਼ਨ ਲਗਾਉਂਦੇ ਸਮੇਂ ਤੁਸੀਂ ਆਪਣੇ ਹੱਥ ਨੂੰ ਹਮੇਸ਼ਾ ਲੂਜ਼ ਰੱਖੋ, ਕਿਉਂਕਿ ਜੇਕਰ ਤੁਸੀਂ ਉਸ ਨੂੰ ਟਾਈਟ ਰੱਖੋਗੇ ਤਾਂ ਤੁਹਾਡੇ ਦਰਦ ਹੋਵੇਗਾ। ਰੋਮਨ ਸਮਰਾਜ ਦੇ ਵਿੱਚ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਲਈ ਉਹਨਾਂ ਨੂੰ ਇੱਕ ਨਾਟਕ ਦਾ ਹਿੱਸਾ ਬਣਾ ਦਿੱਤਾ ਜਾਂਦਾ ਸੀ। ਜੇਕਰ ਨਾਟਕ ਦੇ ਵਿੱਚ ਉਹ ਕਰੈਕਟਰ ਮਰਦਾ ਹੈ ਤਾਂ ਅਪਰਾਧੀ ਨੂੰ ਵੀ ਮਾਰ ਦਿੱਤਾ ਜਾਂਦਾ ਸੀ। ਉਸ ਸਮੇਂ ਇਹ ਉਹਨਾਂ ਦੇ ਐਂਟਰਟੇਨਮੈਂਟ ਦਾ ਤਰੀਕਾ ਸੀ ਤੇ ਇਹ ਨਾਟਕ ਉਸ ਸਮੇਂ ਤੱਕ ਚੱਲਦਾ ਸੀ ਜਦੋਂ ਤੱਕ ਮੁਜਰਮ ਮਰ ਨਹੀਂ ਜਾਂਦਾ ਸੀ। ਕੀ ਤੁਹਾਨੂੰ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਲਸ ਜਾਂ ਸੁਸਤੀ ਆਉਂਦੀ ਹੈ? ਇਸ ਨੂੰ ਦੂਰ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਕਹੋ ਕਿ ਮੈਂ ਇਹ ਕੰਮ ਨੂੰ ਸਿਰਫ 30 ਮਿੰਟ ਤੱਕ ਹੀ ਕਰਨਾ ਹੈ। ਅਜਿਹਾ ਕਰਨ ਦੇ ਨਾਲ ਤੁਸੀਂ ਉਸ ਕੰਮ ਨੂੰ ਸ਼ੁਰੂ ਕਰ ਲਵੋਗੇ ਤੇ ਕੰਟੀਨਿਊ ਉਸ ਨੂੰ ਅੱਗੇ ਵੀ ਕਰ ਸਕੋਗੇ। ਅਜਿਹਾ ਕਰਕੇ ਤੁਸੀਂ ਆਪਣੇ ਆਪ ਨੂੰ ਆਸਾਨੀ ਦੇ ਨਾਲ ਧੋਖਾ ਦੇ ਸਕਦੇ ਹੋ। ਬੀਵਰਸ ਨਾਮ ਦਾ ਇਹ ਪੰਛੀ ਆਲਣਾ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਮਾਹਰ ਹੁੰਦਾ ਹੈ। ਇਹ ਆਪਣੇ ਬੱਚਿਆਂ ਨੂੰ ਸੱਪ ਵਰਗੇ ਜਾਨਵਰ ਤੋਂ ਬਚਾਉਣ ਦੇ ਲਈ ਆਲਣੇ ਦੇ ਵਿੱਚ ਨਕਲੀ ਦਰਵਾਜ਼ੇ ਬਣਾਉਂਦਾ ਹੈ। ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਰਹੇ ਹੋ ਕਿ ਇਸ ਦਾ ਆਲਣਾ ਕਾਫੀ ਜ਼ਿਆਦਾ ਵੱਡਾ ਹੁੰਦਾ ਹੈ ਤੇ ਇਸ ਦੇ ਅੰਦਰ ਜਾਣ ਦੇ ਲਈ ਇੱਕ ਅਲੱਗ ਰਸਤਾ ਹੁੰਦਾ ਹੈ। ਆਲਣੇ ਦੇ ਅੰਦਰ ਜਾਣ ਦੇ ਲਈ ਆਲਣੇ ਦੇ ਉੱਪਰ ਜਾਣਾ ਪੈਂਦਾ ਹੈ, ਪਰ ਸੱਪ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ। ਇਸ ਤਰ੍ਹਾਂ ਇਹ ਪੰਛੀ ਆਪਣੇ ਬੱਚਿਆਂ ਨੂੰ ਸੱਪ ਤੋਂ ਬਚਾ ਲੈਂਦਾ ਹੈ। ਬਲੂਗਾ ਨਾਮ ਦੀ ਬੇਲ ਮੱਛੀ ਦੀ ਇੱਕ ਨਸਲ ਹੈ ਜਿਹੜੀ ਕਿ ਇਨਸਾਨ ਦੀ ਆਵਾਜ਼ ਦੀ ਨਕਲ ਕਰ ਸਕਦੀ ਹੈ। ਇੱਕ ਵਾਰ ਇੱਕ ਗੋਤਾਖੋਰ ਆਪਣੇ ਦੋਸਤਾਂ ਦੇ ਨਾਲ ਪਾਣੀ ਦੇ ਵਿੱਚ ਡਾਈਵ ਕਰ ਰਿਹਾ ਸੀ। ਉਦੋਂ ਉਸ ਨੂੰ ਆਵਾਜ਼ ਆਈ ਤੇ ਉਸ ਨੂੰ ਲੱਗਿਆ ਕਿ ਉਸਦੇ ਦੋਸਤ ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਅਸਲ ਦੇ ਵਿੱਚ ਉਸਦੇ ਦੋਸਤ ਨਹੀਂ ਬਲਕਿ ਬਲੂਗਾ ਬੇਲ ਸੀ। ਹੁਣ ਤੁਸੀਂ ਇਸ ਫੋਟੋ ਨੂੰ ਦੇਖੋ। ਇਸ ਫੋਟੋ ਦੇ ਵਿੱਚ ਇੱਕ ਟੀਚਰ ਹੈ ਜਿਸ ਨੇ ਕਈ ਸਾਲਾਂ ਤੱਕ ਬੱਚਿਆਂ ਨੂੰ ਪੜ੍ਹਾਇਆ ਸੀ ਤੇ ਜਿਸ ਦਿਨ ਬੱਚਿਆਂ ਦਾ ਸਕੂਲ ਦੇ ਵਿੱਚ ਆਖਰੀ ਦਿਨ ਹੁੰਦਾ ਸੀ ਉਸ ਦਿਨ ਇਹ ਟੀਚਰ ਸੇਮ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ। ਇਸ ਨੇ 40 ਸਾਲਾਂ ਤੱਕ ਇਸ ਸਕੂਲ ਦੇ ਵਿੱਚ ਪੜ੍ਹਾਇਆ ਤੇ ਹਰ ਸਕੂਲ ਦੀ ਫੋਟੋ ਦੇ ਵਿੱਚ ਇਸ ਦੇ ਸੇਮ ਕੱਪੜੇ ਹੁੰਦੇ ਸਨ। ਹੋਇਆ ਇਸ ਤਰ੍ਹਾਂ ਕਿ 2 ਸਾਲ ਤੱਕ ਕੁਦਰਤੀ ਉਹਨਾਂ ਨੇ ਇੱਕ ਤਰ੍ਹਾਂ ਦੇ ਕੱਪੜੇ ਪਾ ਕੇ ਹੀ ਸਕੂਲ ਦੀ ਫੋਟੋ ਕਰਵਾਈ, ਜਿਸ ਨੂੰ ਦੇਖ ਕੇ ਉਹ ਵੀ ਹੈਰਾਨ ਹੋ ਗਏ ਸਨ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਇੱਕ ਟ੍ਰੈਡੀਸ਼ਨ ਬਣਾ ਦਿੱਤਾ ਜਾਵੇ। ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ 40 ਸਾਲਾਂ ਤੱਕ ਉਹੀ ਕੱਪੜੇ ਪਾਏ ਜਦੋਂ ਸਕੂਲ ਦੀ ਫੋਟੋ ਹੁੰਦੀ ਸੀ। ਜੇਕਰ ਤੁਸੀਂ ਕੋਲਡ ਡਰਿੰਕ ਨੂੰ ਜਲਦੀ ਠੰਡਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਟ੍ਰਿਕ ਨੂੰ ਵਰਤ ਸਕਦੇ ਹੋ। ਤੁਸੀਂ ਕੋਲਡ ਡਰਿੰਕ ਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਪਹਿਲਾਂ ਠੰਡੇ ਪੇਪਰ ਦੇ ਨਾਲ ਰੈਪ ਕਰ ਦਵੋ। ਅਜਿਹਾ ਕਰਨ ਦੇ ਨਾਲ ਕੋਲਡ ਡਰਿੰਕ ਦੇ ਅੰਦਰ ਦਾ ਟੈਂਪਰੇਚਰ ਜਲਦੀ ਡਾਊਨ ਚਲਿਆ ਜਾਵੇਗਾ ਤੇ ਕੋਲਡ ਡਰਿੰਕ ਜਲਦੀ ਠੰਡੀ ਹੋਵੇਗੀ। ਬ੍ਰਾਜ਼ੀਲ ਦੇ ਵਿੱਚ ਇੱਕ ਪ੍ਰੋਟੈਸਟ ਹੋ ਰਿਹਾ ਸੀ ਤੇ ਬਹੁਤ ਜ਼ਿਆਦਾ ਵੱਧ ਰਿਹਾ ਸੀ। ਇਸ ਕਾਰਨ ਕਰਕੇ ਉਸ ਧਰਨੇ ਦੇ ਵਿੱਚ ਪੁਲਿਸ ਵੀ ਮੌਜੂਦ ਸੀ। ਜਦੋਂ ਲੋਕਾਂ ਦਾ ਉਸ ਧਰਨੇ ਦੇ ਵਿੱਚ ਗੁੱਸਾ ਵਧਣ ਲੱਗਿਆ ਤਾਂ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਕਿਹਾ ਕਿ ਪਲੀਜ਼ ਅੱਜ ਦੇ ਦਿਨ ਤੁਸੀਂ ਕੋਈ ਵੀ ਦੰਗਾ ਨਾ ਕਰਿਓ ਕਿਉਂਕਿ ਅੱਜ ਮੇਰਾ ਬਰਥਡੇ ਹੈ। ਤੇ ਉੱਥੇ ਮੌਜੂਦ ਕੁਝ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੇ ਉਸ ਦੀ ਇਹ ਗੱਲ ਨੂੰ ਸੁਣ ਲਿਆ ਤੇ ਉਸ ਨੂੰ ਇੱਕ ਸਰਪ੍ਰਾਈਜ਼ ਗਿਫਟ ਦਿੱਤਾ। ਉੱਥੇ ਪ੍ਰੋਟੈਸਟ ਕਰਨ ਵਾਲਿਆਂ ਨੇ ਬਰਥਡੇ ਕੇਕ ਨੂੰ ਆਰਡਰ ਕੀਤਾ ਤੇ ਉਸ ਪੁਲਿਸ ਵਾਲੇ ਨੂੰ ਦੇ ਦਿੱਤਾ। ਇਸ ਨੂੰ ਦੇਖਣ ਤੋਂ ਬਾਅਦ ਉੱਥੇ ਮੌਜੂਦ ਪੁਲਿਸ ਵਾਲੇ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਇਸ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਯਾਨੀ ਕਿ ਪ੍ਰੋਟੈਸਟ ਕਰਨ ਵਾਲੇ ਆਪਣੇ ਘਰ ਚਲੇ ਗਏ। ਤੁਹਾਡੇ ਨਾਲ ਵੀ ਅਜਿਹਾ ਜ਼ਰੂਰ ਕਦੇ ਨਾ ਕਦੇ ਹੋਇਆ ਹੋਵੇਗਾ ਕਿ ਤੁਸੀਂ ਕੋਈ ਬਹੁਤ ਵਧੀਆ ਕੰਮ ਕਰਦੇ ਹੋ ਪਰ ਉਸ ਦਾ ਕ੍ਰੈਡਿਟ ਕੋਈ ਹੋਰ ਲੈ ਜਾਂਦਾ ਹੈ। ਪਰ ਤੁਸੀਂ ਇੱਕ ਵਾਰ ਇਹਨਾਂ ਰਾਜਿਆਂ ਬਾਰੇ ਸੋਚੋ ਜਿਨ੍ਹਾਂ ਨੇ ਇੰਨੀ ਮਿਹਨਤ ਦੇ ਨਾਲ ਇੰਨੇ ਵੱਡੇ ਵੱਡੇ ਮਿਸਰ ਦੇ ਪਿਰਾਮਿਡ ਬਣਾਏ ਤੇ ਅਸੀਂ ਇਨਸਾਨ ਅੱਜ ਦੇ ਦਿਨ ਇਹਨਾਂ ਨੂੰ ਏਲੀਅਨ ਦਾ ਚਮਤਕਾਰ ਕਹਿੰਦੇ ਹਾਂ। ਇਹ ਇੱਕ ਬਹੁਤ ਕਮਾਲ ਦੀ WhatsApp ਟ੍ਰਿਕ ਹੈ। ਜੇਕਰ ਤੁਸੀਂ WhatsApp ਦੇ ਵਿੱਚ ਕਿਸੇ ਇੱਕ ਦੇ ਨਾਲ ਜ਼ਿਆਦਾ ਗੱਲ ਕਰਦੇ ਹੋ ਤਾਂ ਤੁਸੀਂ ਉਸ ਦੇ ਨਾਲ ਡਾਇਰੈਕਟ ਗੱਲ ਕਰਨ ਦੇ ਲਈ WhatsApp ਕੰਟੈਕਟ ਨੂੰ ਸਿੱਧਾ ਚੱਕ ਕੇ ਆਪਣੀ ਹੋਮ ਸਕਰੀਨ ਤੇ ਲਿਆ ਸਕਦੇ ਹੋ। ਬਸ ਤੁਸੀਂ ਉਸ ਕੰਟੈਕਟ ਨੂੰ ਹੋਲਡ ਕਰਨਾ ਹੈ ਤੇ ਐਡ ਟੂ ਸ਼ਾਰਟਕਟ ਤੇ ਕਲਿੱਕ ਕਰਨਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਉਸ ਕੰਟੈਕਟ ਨੂੰ ਆਪਣੇ ਫੋਨ ਦੀ ਹੋਮ ਸਕਰੀਨ ਤੇ ਲਿਜਾ ਸਕਦੇ ਹੋ। ਝਾਰਖੰਡ ਦੇ ਐਜੂਕੇਸ਼ਨ ਮਿਨਿਸਟਰ ਸਿਰਫ 10 ਤੱਕ ਹੀ ਪੜ੍ਹੇ ਹੋਏ ਨੇ ਕਿਉਂਕਿ ਉਹ ਫਾਈਨੈਂਸ਼ੀਅਲੀ ਪ੍ਰੋਬਲਮ ਦੇ ਕਾਰਨ ਉਹ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਸਨ। ਇਸ ਕਰਕੇ ਹਾਲ ਹੀ ਦੇ ਵਿੱਚ ਉਹਨਾਂ ਨੇ ਅੱਗੇ ਦੇ ਪੇਪਰ ਦੇਣ ਦੇ ਲਈ ਆਪਣਾ ਐਗਜ਼ਾਮ ਦਾ ਫਾਰਮ ਭਰਿਆ ਹੈ। ਇਹ ਝਾਰਖੰਡ ਦੇ ਸਿੱਖਿਆ ਮੰਤਰੀ ਪਿਛਲੇ 2 ਸਾਲਾਂ ਤੋਂ ਹਨ। ਇਹ ਪਿਛਲੇ ਸਾਲ ਵੀ ਆਪਣਾ ਐਗਜ਼ਾਮ ਦੇਣਾ ਚਾਹੁੰਦੇ ਸਨ ਪਰ ਕੋਰੋਨਾ ਦੇ ਕਾਰਨ ਨਹੀਂ ਦੇ ਸਕੇ। ਇਹਨਾਂ ਦੀ ਉਮਰ ਹੁਣ 54 ਸਾਲ ਦੀ ਹੈ। ਇਹਨਾਂ ਦਾ ਮੰਨਣਾ ਹੈ ਕਿ ਪੜ੍ਹਾਈ ਦੀ ਕੋਈ ਵੀ ਉਮਰ ਨਹੀਂ ਹੁੰਦੀ। ਹੁਣ ਤੁਸੀਂ ਇਸ ਫੋਟੋ ਨੂੰ ਦੇਖੋ। ਇਹ ਇੱਕ ਸਵਿਮਰ ਦਾ ਫੋਟੋ ਹੈ ਜਿਹੜਾ ਕਿ ਪਾਣੀ ਤੋਂ ਜਸਟ ਬਾਹਰ ਆ ਰਿਹਾ ਹੈ। ਸਾਊਥ ਅਫਰੀਕਾ ਦੇ ਇੱਕ ਪਿੰਡ ਦੇ ਵਿੱਚ 1 ਮਿੰਟ ਦੇ ਵਿੱਚ ਹੀ 1700 ਲੋਕਾਂ ਦੀ ਮੌਤ ਹੋ ਗਈ। ਅਸਲ ਦੇ ਵਿੱਚ ਉੱਥੇ ਇੱਕ ਗੈਸ ਲੀਕ ਹੋ ਗਈ ਸੀ ਤੇ ਗੈਸ ਕਿਵੇਂ ਲੀਕ ਹੋਈ ਇਸ ਦਾ ਅੱਜ ਤੱਕ ਵੀ ਕਦੇ ਪਤਾ ਨਹੀਂ ਲੱਗਿਆ, ਪਰ ਇੱਥੇ ਰਹਿਣ ਵਾਲੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਕੁਦਰਤੀ ਕਾਰਨ ਕਰਕੇ ਹੋਇਆ ਹੈ।
2017 ਦੇ ਵਿੱਚ ਜਾਰਜੀਆ ਦੇ 6 ਅਪਰਾਧੀਆਂ ਨੂੰ ਇੱਕ ਪੁਲਿਸ ਵਾਲੇ ਦੇ ਨਾਲ ਕੰਮ ਦੇ ਉੱਤੇ ਭੇਜਿਆ ਗਿਆ ਪਰ ਜਿਸ ਪੁਲਿਸ ਵਾਲੇ ਦੇ ਨਾਲ ਇਹ 6 ਅਪਰਾਧੀਆਂ ਨੂੰ ਭੇਜਿਆ ਗਿਆ ਸੀ ਉਹ ਪੁਲਿਸ ਵਾਲਾ ਕਿਸੇ ਕਾਰਨ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਜੇਕਰ ਇਹ ਮੁਜਰਮ ਚਾਹੁੰਦੇ ਤਾਂ ਉੱਥੋਂ ਆਸਾਨੀ ਦੇ ਨਾਲ ਭੱਜ ਸਕਦੇ ਸੀ ਪਰ ਇਹਨਾਂ ਨੇ ਅਜਿਹਾ ਨਹੀਂ ਕੀਤਾ ਬਲਕਿ ਪੁਲਿਸ ਵਾਲੇ ਦੀ ਜਾਨ ਬਚਾਉਣ ਬਾਰੇ ਸੋਚਿਆ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਨੂੰ CPR ਦੇਣਾ ਆਉਂਦਾ ਸੀ ਜਿਸ ਨੇ CPR ਦੇ ਕੇ ਉਸ ਪੁਲਿਸ ਵਾਲੇ ਦੀ ਜਾਨ ਬਚਾਈ ਇਸ ਹਾਦਸੇ ਤੋਂ ਬਾਅਦ ਇਹਨਾਂ ਸਾਰੇ ਮੁਜਰਮਾਂ ਦੀ ਸਜ਼ਾ ਕਾਫੀ ਜ਼ਿਆਦਾ ਘੱਟ ਕਰ ਦਿੱਤੀ ਗਈ ਇੱਕ ਵਾਰ ਸਾਊਥ ਅਫਰੀਕਾ ਦੇ ਵਿੱਚ ਹਾਥੀਆਂ ਦਾ ਇੱਕ ਝੁੰਡ ਅਚਾਨਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਤੇ ਉਹ ਸਾਰੇ ਦਰਖਤਾਂ ਨੂੰ ਪੱਟ-ਪੱਟ ਕੇ ਸੁੱਟਣ ਲੱਗੇ ਇਹਨਾਂ ਸਾਰੇ ਦਰਖਤਾਂ ਦੇ ਵਿਚਕਾਰ ਇੱਕ ਕੇਲੇ ਦਾ ਦਰਖਤ ਵੀ ਮੌਜੂਦ ਸੀ ਜਿਸ ਦੇ ਉੱਪਰ ਚਿੜੀ ਨੇ ਬੱਚੇ ਦਿੱਤੇ ਹੋਏ ਸਨ ਤੇ ਹਾਥੀ ਇਸ ਦਰਖਤ ਦੇ ਕੋਲ ਆ ਕੇ ਰੁਕ ਗਏ ਤੇ ਉਹਨਾਂ ਨੇ ਇਸ ਦਰਖਤ ਨੂੰ ਨਹੀਂ ਪੁੱਟਿਆ ਇਸ ਨੂੰ ਸਾਡਾ ਦੱਸਣ ਦਾ ਮਕਸਦ ਇਹ ਹੈ ਕਿ ਜਾਨਵਰਾਂ ਦੇ ਵਿੱਚ ਵੀ ਇਨਸਾਨਾਂ ਦੇ ਨਾਲੋਂ ਜ਼ਿਆਦਾ ਇਨਸਾਨੀਅਤ ਹੁੰਦੀ ਹੈ ਅਮਰੀਕਾ ਦੇ ਵਿੱਚ ਦੋ ਜੋੜੇ ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਵਿੱਚ ਸਿਰਫ 15 ਮਿੰਟ ਦਾ ਫਰਕ ਸੀ ਪਰ ਫਿਰ ਇਹਨਾਂ ਦੋਨਾਂ ਦੇ ਵਿੱਚ 1 ਸਾਲ ਦਾ ਫਰਕ ਪੈ ਗਿਆ ਅਸਲ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਬੱਚੇ ਦਾ ਜਨਮ 31 ਦਸੰਬਰ 2021 ਨੂੰ 11:50 ਦੇ ਉੱਪਰ ਹੋਇਆ ਤੇ ਦੂਸਰੇ ਬੱਚੇ ਦਾ ਜਨਮ 1 ਜਨਵਰੀ 2022 ਨੂੰ 12:05 ਤੇ ਹੋਇਆ ਇਸ ਤਰ੍ਹਾਂ ਇਹ ਦੋਨੇ ਬੱਚਿਆਂ ਦੇ ਵਿੱਚ 1 ਸਾਲ ਦਾ ਡਿਫਰੈਂਸ ਆ ਗਿਆ ਤੁਸੀਂ ਹੁਣ ਇਸ ਫੋਟੋ ਨੂੰ ਦੇਖੋ ਜਿਸ ਦੇ ਵਿੱਚ 에어ਪੋਰਟ ਦੇ ਉੱਪਰ ਇੱਕ ਆਰਮੀ ਦਾ ਜਵਾਨ ਬਹੁਤ ਜ਼ਿਆਦਾ ਥੱਕ ਗਿਆ ਸੀ ਤੇ ਉਹ ਥੱਲੇ ਹੀ ਸੌਂ ਗਿਆ ਪਰ ਇਸ ਤੋਂ ਬਾਅਦ ਉਸ ਆਰਮੀ ਦੇ ਜਵਾਨ ਦੇ ਨਾਲ ਜਿਹੜਾ ਉਸ ਦਾ ਡੌਗ ਸੀ ਉਹ ਉਸ ਦੇ ਉੱਪਰ ਬੈਠ ਜਾਂਦਾ ਹੈ ਕਿਉਂਕਿ ਉਸ ਨੂੰ ਟ੍ਰੇਡ ਹੀ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਉਸ ਨੇ ਆਪਣੇ ਮਾਲਕ ਦੀ ਸੁਰੱਖਿਆ ਕਰਨੀ ਹੈ ਜਦਕਿ ਇਸ ਆਰਮੀ ਦੇ ਜਵਾਨ ਨੇ ਉਸ ਡੌਗ ਨੂੰ ਅਜਿਹਾ ਕਰਨ ਦਾ ਆਰਡਰ ਵੀ ਨਹੀਂ ਦਿੱਤਾ ਸੀ ਇੰਡੀਆ ਦੇ ਵਿੱਚ ਇੱਕ ਔਰਤ ਨੇ ਇਸ ਤਰ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਨੂੰ ਕਿ ਪਲਾਸਟਿਕ ਬੇਬੀ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਇਸ ਬੱਚੇ ਦੀ ਸਕਿਨ ਬਿਲਕੁਲ ਪਲਾਸਟਿਕ ਦੀ ਤਰ੍ਹਾਂ ਹੈ ਤੇ ਦੇਖਣ ਦੇ ਵਿੱਚ ਬਿਲਕੁਲ ਨਕਲੀ ਲੱਗਦੀ ਹੈ ਤੇ ਇਸ ਬਿਮਾਰੀ ਨੂੰ ਕੋਲੀਡੀਨ ਬੇਬੀ ਕਿਹਾ ਜਾਂਦਾ ਹੈ ਆਮ ਤੌਰ ਤੇ ਇਸ ਬਿਮਾਰੀ ਦੇ ਨਾਲ ਪੀੜਤ ਬੱਚੇ ਥੋੜੇ ਟਾਈਮ ਬਾਅਦ ਠੀਕ ਹੋ ਜਾਂਦੇ ਨੇ ਪਰ ਕਈ ਵਾਰ ਅਜਿਹਾ ਨਹੀਂ ਵੀ ਹੁੰਦਾ ਇਸ ਲਈ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਕਰਵਾਉਣਾ ਪੈਂਦਾ ਹੈ ਕੀ ਹੋਵੇਗਾ ਜੇਕਰ ਅਸੀਂ ਫੋਨ ਨੂੰ ਡਾਇਰੈਕਟ ਪਲੱਗ ਤੋਂ ਚਾਰਜ ਕਰ ਦਈਏ ਸਾਡੇ ਫੋਨ ਦੇ ਨਾਲ ਇੱਕ ਪਾਰਟੀਕੂਲਰ ਵੋਲਟ ਦਾ ਚਾਰਜਰ ਹੁੰਦਾ ਹੈ ਤੇ ਜਿੰਨੇ ਜ਼ਿਆਦਾ ਵਾਟ ਦਾ ਚਾਰਜਰ ਹੁੰਦਾ ਹੈ ਉਨੇ ਹੀ ਜਲਦੀ ਫੋਨ ਚਾਰਜ ਹੁੰਦਾ ਹੈ ਅੱਜ ਤੱਕ ਫੋਨਾਂ ਦੇ ਵਿੱਚ ਤੇਜ਼ ਤੋਂ ਤੇਜ਼ ਚਾਰਜਰ 64 ਵੋਲਟ ਦਾ ਆਇਆ ਹੈ ਪਰ ਜਿਹੜਾ ਸਾਡਾ ਸਵਿਚ ਬੋਰਡ ਹੁੰਦਾ ਹੈ ਉਸ ਦੇ ਵਿੱਚ 200 ਵੋਲਟ ਤੱਕ ਦੀ ਬਿਜਲੀ ਚੱਲਦੀ ਰਹਿੰਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਜੇਕਰ ਫੋਨ ਨੂੰ ਡਾਇਰੈਕਟ ਚਾਰਜਰ ਦੇ ਵਿੱਚੋਂ ਚਾਰਜ ਕਰਨ ਲਈ ਲਗਾ ਦਈਏ ਤਾਂ ਉਹ 2 ਮਿੰਟ ਦੇ ਵਿੱਚ ਹੀ ਚਾਰਜ ਹੋ ਜਾਵੇਗਾ ਦੇਖਿਆ ਜਾਵੇ ਤਾਂ ਅਜਿਹਾ ਨਹੀਂ ਹੋਵੇਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਰਦੇ ਨਾਲ ਫੋਨ ਬਲਾਸਟ ਹੋ ਜਾਵੇਗਾ ਤਾਂ ਅਜਿਹਾ ਵੀ ਨਹੀਂ ਹੋਵੇਗਾ ਅੱਜ ਕੱਲ ਦੇ ਜਿਹੜੇ ਸਮਾਰਟਫੋਨ ਦੇ ਉਹਨਾਂ ਦੇ ਵਿੱਚ ਲਿਮਟ ਲੱਗੇ ਹੁੰਦੇ ਨੇ ਜਿਹੜੇ ਕਿ ਲਿਮਟਡ ਵੋਲਟੇਜ ਨੂੰ ਹੀ ਅੱਗੇ ਜਾਣ ਦਿੰਦੇ ਨੇ ਤੇ ਜਿਹੜੇ ਲਿਮਟਰ ਹੁੰਦੇ ਨੇ ਜਦੋਂ ਇਸ ਦੇ ਵਿੱਚ ਬਿਜਲੀ ਦਾ ਵੋਲਟੇਜ ਜ਼ਿਆਦਾ ਆਉਂਦਾ ਹੈ ਤਾਂ ਇਹ ਫੋਨ ਨੂੰ ਚਾਰਜ ਨਹੀਂ ਕਰਦੇ ਇਸ ਲਈ ਜੇਕਰ ਤੁਸੀਂ ਚਾਰਜਰ ਦੀ ਤਾਰ ਨੂੰ ਡਾਇਰੈਕਟ ਪਲੱਗ ਦੇ ਵਿੱਚ ਪਾ ਦੋਗੇ ਤਾਂ ਤੁਹਾਡਾ ਫੋਨ ਚਾਰਜ ਹੁੰਦਾ ਦਿਖਾਈ ਦੇਵੇਗਾ ਪਰ ਉਹ ਚਾਰਜ ਨਹੀਂ ਹੋਵੇਗਾ ਤੁਸੀਂ ਸਕਰੂ ਡਰਾਈਵਰ ਦੇ ਉੱਪਰ ਇਹ ਜੈਲੋ ਕਲਰ ਦੇ ਪਾਰਟ ਨੂੰ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਕੰਮ ਕੀ ਹੁੰਦਾ ਹੈ ਜੇਕਰ ਤੁਸੀਂ ਕਦੇ ਲੰਮਾ ਸਕਰੂ ਡਰਾਈਵਰ ਯੂਜ਼ ਕੀਤਾ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਜੈਲੋ ਵਾਲਾ ਪਾਰਟ ਰਬੜ ਦਾ ਬਣਿਆ ਹੁੰਦਾ ਹੈ ਤੇ ਸਕਰੂ ਡਰਾਈਵਰ ਨੂੰ ਖਾਸ ਤੌਰ ਤੇ ਇਲੈਕਟ੍ਰੋਨਿਕ ਕੰਮਾਂ ਦੇ ਲਈ ਵਰਤਿਆ ਜਾਂਦਾ ਹੈ ਤੇ ਸਕਰੂ ਡਰਾਈਵਰ ਪੂਰੀ ਤਰ੍ਹਾਂ ਦੇ ਨਾਲ ਮੈਟਲ ਦੇ ਨਾਲ ਬਣਿਆ ਹੁੰਦਾ ਹੈ ਜਿਹੜਾ ਕਿ ਇਲੈਕਟ੍ਰਿਸਿਟੀ ਦਾ ਚਾਲਕ ਹੈ ਉੱਥੇ ਹੀ ਰਬੜ ਇਲੈਕਟ੍ਰਿਸਿਟੀ ਦੀ ਚਾਲਕ ਨਹੀਂ ਹੈ ਇਸ ਲਈ ਇਲੈਕਟ੍ਰਿਸਿਟੀ ਦਾ ਕੰਮ ਕਰਦੇ ਸਮੇਂ ਤੁਹਾਨੂੰ ਬਿਜਲੀ ਦਾ ਝਟਕਾ ਨਾ ਲੱਗੇ ਤਾਂ ਕਰਕੇ ਇਸ ਰਬੜ ਨੂੰ ਇਸ ਦੇ ਉੱਪਰ ਲਗਾਇਆ ਜਾਂਦਾ ਹੈ ਜਦੋਂ ਵੀ ਇਲੈਕਟ੍ਰੀਸ਼ੀਅਨ ਇਲੈਕਟ੍ਰੋਨਿਕਸ ਵਾਲੀਆਂ ਚੀਜ਼ਾਂ ਨੂੰ ਫਿੱਟ ਕਰਦੇ ਨੇ ਤਾਂ ਉਹ ਹਮੇਸ਼ਾ ਰਬੜ ਵਾਲੇ ਹਿੱਸੇ ਨੂੰ ਫੜ ਕੇ ਕਰਦੇ ਨੇ ਇਹ ਇੱਕ ਸੇਫਟੀ ਫੀਚਰ ਹੈ ਤੁਹਾਨੂੰ ਸਾਡੀ ਵੀਡੀਓ ਕਿਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਚੈਨਲ ਜੋਟੀਵੀ ਤੇ Facebook ਪੇਜ ਜੋਟੀਵੀ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ